Welcome, everyone. Ruby Nagara Basi Thadi, podcaster Thadi, host. You know, so much that we do. ਅੱਜ ਆਪਾਂ ਗੱਲ ਕਰਨੀ ਹੈ ਖੀਰੀ ਪਾਰਟੀਜ਼ ਦੇ ਉੱਤੇ। ਜੇ ਤੁਹਾਨੂੰ ਖੀਰੀ ਪਾਰਟੀਜ਼ ਦੇ ਬਾਰੇ ਕੁਛ ਨਹੀਂ ਪਤਾ, ਤੁਹਾਨੂੰ ਮੈਂ ਦੱਸੂੰਗੀ ਅੱਜ ਖੀਰੀ ਪਾਰਟੀ ਕੀ ਹੁੰਦੀ ਹੈ। ਮੈਨੂੰ ਜ਼ਿਆਦਾ ਇਨਫੋਰਮੇਸ਼ਨ ਨਹੀਂ ਪਤਾ ਸੀਗਾ। ਵਟ ਆਈ ਡਿਡ ਨੋ ਵਾਜ਼ ਕਿ ਭਾਈ ਇੱਥੇ ਲੋਕ ਬੀਬੀਆਂ ਇਕੱਠੀਆਂ ਹੋ ਜਾਂਦੀਆਂ ਕਿੰਨੀਆਂ ਜਾਣੀਆਂ, ਅਤੇ ਪੱਤੇ ਪੁੱਤੇ ਖੇਲਦੀਆਂ, ਦੇ ਹੈਵ ਫਨ, ਹੈਵ ਅ ਗੁੱਡ ਟਾਈਮ। ਲਾਈਕ ਦੈਟ ਓਕੇ ਦੇਅਰ ਥਿੰਗ ਰਾਈਟ, ਜੇ ਹੂਐਵਰ ਹੈਜ਼ ਟਾਈਮ ਟੂ ਡੂ ਦੈਟ ਗੁੱਡ ਫੋਰ ਦੈਮ, ਪ੍ਰੋਪਸ ਦੈਮ। ਉੱਥੇ ਥੋੜ੍ਹੇ ਪੈਸੇ ਲੈ ਕੇ ਜਾਂਦੀਆਂ, $1,000, $500, ਜੋ ਵੀ ਕਿੱਟੀ ਦੀ ਉਹਨਾਂ ਦੀ ਹੁੰਦੀ ਆ। ਅਤੇ ਮੇਰੇ ਪੈਸਾ ਮਰੀਜ਼ ਹਾਊਸ ਵਨ ਵੀਕਐਂਡ, ਕਦੇ ਵੀ ਕਿਸੇ ਹੋਰ ਤੇ ਮਿਲਦੀਆਂ, ਵਨਸ ਅ ਮੰਥ ਜਿੱਦਾਂ ਵੀ ਕਰਦੀ ਹੈਗੀਆਂ। ਬਟ ਦ ਖੀਰੀ ਪਾਰਟੀ ਆਈ ਹਰਡ ਆਫ ਵਾਸ ਅ ਵੈਰੀ ਡਿਫਰੈਂਟ, ਵੈਰੀ ਡਿਫਰੈਂਟ ਕਿੱਟੀ ਪਾਰਟੀ ਸੀ। ਸੋ ਮੋਰ ਲਾਈਕ ਅ ਲੁੱਚਾ ਪਾਰਟੀ, ਆਪਾਂ ਕਹਿੰਦੇ ਲੁੱਚੀਆਂ ਦੀ। ਐਂਡ ਦ ਰੀਜ਼ਨ ਆਈ ਐਮ ਸੇਇੰਗ ਦੈਟ ਇਜ਼ ਬਿਕਾਜ਼ ਮੈਂ ਦੇਖ ਰਹੀ ਸੀ ਅਤੇ ਮੈਂ ਸੁਣ ਰਹੀ ਸੀਗੀ। ਇਹ ਕਿੱਟੀ ਪਾਰਟੀ ਜਿਹਨੀ ਮੈਂ ਗੱਲ ਕਰੂੰਗੀ, ਮੈਂ ਕੀ ਕਹਾਂ, ਸਿਆਟਲ ਕੀ, ਕੈਨੇਡਾ, UK, ਬੜੇ ਪਾਸੇ ਰੌਲਾ ਪੈ ਗਿਆ। ਮੇਰੀ ਵੀਡੀਓ ਬਹੁਤ ਵਾਇਰਲ ਹੋ ਗਈ। And I'm getting calls from everywhere. I'm getting calls from tujhi kitty party. I'm getting saadi kitty party idda nahi hunda. Well, jehdi kitty party main ada sanjalni aa, oh itthe saadi kent di aa. Jive jave anpada hunde na, jinna de piche guha koora kardiyan ee sari umar nikal gayi, te jidda na baahli country ja ke ekdam pair chhad jandiyan, ee samjh lo tusi. No prior education. Jehda course 3 saal la choyan, 16 saal lagge oh karni nu jaani nu. And it's somebody that's related to us. Well, ਇਹ ਮਾਮੀਆਂ ਵੱਢਣ ਵਾਲੀਆਂ ਇਜ਼ ਮੋਰ ਲਾਈਕ ਇਟ। ਇਟਸ ਰੀਲੀ ਸੈਡ, ਬਟ ਇਹ ਕਿੱਟੀ ਪਾਰਟੀ ਦੇ ਵਿੱਚ ਬੁੜੀਆਂ ਇਕੱਠੀਆਂ ਹੋ ਕੇ ਆਪਣੇ ਰਿਸ਼ਤੇਦਾਰਾਂ ਨੂੰ ਚੁਗਲੀਆਂ ਕਰਦੀਆਂ ਸੀਗੀਆਂ। ਅਤੇ ਕਦੇ ਕਿਸੇ ਨਿਆਣੇ ਦੀ ਚੁਗਲੀ ਕਰੋ, ਕਿਸੇ ਕਿਸੇ ਦੀ ਗ੍ਰੈਂਡਕਿਡ ਦੀ ਚੁਗਲੀ ਕਰੋ, ਪਰ ਆਪਦੇ ਝਾਤੀ ਨੇ ਕਦੀ ਵੀ ਮਾਰ ਕੇ ਦੀਵੇ ਥੱਲੇ ਓਲਾ ਜਾਂ ਦੀਵੇ ਥੱਲੇ ਨੇਰਾ, ਰਾਈਟ। ਇਹ ਬੀਬੀਆਂ ਨੂੰ ਦੀਵੇ ਦੇ ਆਲੇ ਦੁਆਲੇ ਦੂਰ ਦੂਰ ਤੱਕ ਦਿਖਦਾ ਆ, ਪਰ ਜੋ ਆਪਦੇ ਘਰ 'ਚ ਹੁੰਦਾ ਨਾ ਉਹ ਕਦੀ ਦਿਖਦਾ ਨਹੀਂ ਹੁੰਦਾ, ਜੋ ਆਪਦੇ ਬੱਚੇ ਕਰਦੇ ਕਦੀ ਨਹੀਂ ਕਿਸੇ ਨੂੰ ਦਿਖਦਾ, ਉੱਧਰੋਂ ਫਿਰ ਨਾ ਅੰਨੀਆਂ ਹੋ ਜਾਂਦੀਆਂ। ਬੁਰਾ ਮਤ ਦੇਖੋ, ਬੁਰਾ ਮਤ ਸੁਣੋ, ਔਰ ਬੁਰਾ ਮਤ ਬੋਲੋ, ਰਾਈਟ। ਇਹਨਾਂ ਲੌਜਿਕ ਇਹ ਆ। ਸੋ ਉੱਥੇ ਲੋਕਾਂ ਨੇ ਬੱਚਿਆਂ ਦੀਆਂ ਗ੍ਰੈਂਡ ਖੇਡ ਹਰ ਇੱਕ ਦੀ ਗੱਲਾਂ ਕਰਦੀਆਂ, ਵੈਲ ਖੇਮ ਅਬਾਊਟ ਟੂ ਮੀ, ਘੁੰਮਦੀ ਘੁੰਮਾਉਂਦੀ ਗੱਲਾਂ ਮੇਰੇ ਕੋਲ ਕਿ ਬਹੁਤ ਗੱਲਾਂ ਹੋ ਰਹੀਆਂ। ਸੋ ਆਈ ਟੈਸਟ ਐਵਰੀਥਿੰਗ, ਤੁਹਾਨੂੰ ਮੇਰਾ ਪਤਾ ਹੀ ਆ। ਆਈ ਲਿਸਨ, ਰਾਈਟ, ਆਈ ਕੰਪਰੀਹੈਂਡ ਇਟ, ਆਈ ਟੈਸਟ ਦ ਸਿਚੁਏਸ਼ਨ, ਆਈ ਯੂ ਨੋ ਡੂ ਆਲ ਮਾਈ ਪ੍ਰੋਸੈਸ, ਐਜ਼ ਯੂ ਨੋ ਮੈਂ ਇਨਵੈਸਟੀਗੇਸ਼ਨਸ ਵੀ ਕਰਦੀ ਹੈਗੀ ਹਾਂ, ਅਸੀਂ ਬਹੁਤ ਕੁਛ ਕਰਦੇ ਹਾਂ, ਰਾਈਟ। ਅਤੇ ਦੇਖਿਆ ਮੈਂ ਕਿ ਹਾਂ, ਇੰਨੀ ਇਨਫੋਰਮੇਸ਼ਨ ਕਿਸੇ ਬਾਹਰਲੇ ਲੋਕਾਂ ਤੋਂ ਕਿੱਦਾਂ ਮਿਲਦੀ ਆ। ਵੈਲ ਤੁਸੀਂ ਪਰ ਆਰ ਇਨ ਦੈਟ ਖਿਰੀ, ਆਈ ਥਿੰਕ ਦੇ ਜਸਟ ਗਾਟ ਟਾਇਰਡ ਆਫ ਹੀਅਰਿੰਗ ਦ ਬੁਲਸ਼ਿਟ। ਵੈਲ ਸਟੋਰੀ ਮੇਰੇ ਤੱਕ ਪਹੁੰਚੀ ਨਾ, ਸਰ ਓਕੇ ਇਹਨਾਂ ਨੂੰ ਹੁਣ ਮੈਂ ਹੈਂਡਲ ਕਰਦੀ ਹਾਂ, ਸੋ ਦਿਸ ਇਜ਼ ਸਟੱਫ ਅਬਾਊਟ ਇਨ ਮੀ, ਮਾਈ ਕਿਡਸ, ਵਾਟ ਨਾਟ, ਰਾਈਟ। ਇਟ ਸ਼ੌਕਸ ਮੀ ਐਂਡ ਸਰਪ੍ਰਾਈਜ਼ਸ ਮੀ ਕਿ ਇਹ ਬੁੱਢੀਆਂ ਘੋੜੀਆਂ ਲਾਲ ਲਗਾਮ ਵਿਆਹਾਂ ਦੀ, 60 ਦੀ, 65 ਦੀ, ਤੁਸੀਂ 68 ਦੇ, ਜਾਂ ਜੋ ਵੀ ਤੁਹਾਡੀ ਉਮਰ ਹੈ ਨਾ, ਵਿੱਚ ਕੋਈ 40 ਸਾਲ ਦੀ ਫਿਰ ਦੁਨੀਆ, ਅਤੇ ਇਕੱਠੀਆਂ ਹੋ ਕੇ ਤੁਹਾਨੂੰ ਹੋਰ ਕੋਈ ਕੰਮ ਨਹੀਂ ਹੈਗਾ ਲੋਕਾਂ ਦੀ ਗੱਲਾਂ ਕਰਨ ਦੇ ਸਿਵਾਏ। ਆਪਦੇ ਬੱਚਿਆਂ ਦੀ ਗੱਲਾਂ ਕਰੋ ਕਿ 35-40 ਸਾਲ ਦੀ ਬੁੱਢੀ ਘੋੜੀਆਂ ਹੋ ਗਈਆਂ ਤਾਂ ਇਹਨਾਂ ਦੇ ਵਿਆਹ ਨਹੀਂ ਹੁੰਦੇ, ਕੋਈ ਲੈ ਹੀ ਜਾਏ, ਹੈ ਨਾ, ਅਤੇ ਨਹੀਂ ਤਾਂ ਕਿਸੇ ਹੋਰ ਤਰੀਕੇ ਨਾਲ ਭੇਜ ਦਿਓ, ਹੈ ਨਾ, ਜਾਂਦੀਆਂ ਨਹੀਂ। ਅਤੇ ਦੂਜਿਆਂ ਬਾਰੇ ਚੱਲ ਸੀ ਕਰੀ ਜਾਣੀ ਕੀ ਮਿਲਦਾ ਆ। You know how much I am against, you know, talking shit about anybody behind their back. So everything I do it in person. Yeah, I do where everybody knows. So I spoke to my mom. I said, Mommy, ek kuch ho raha hai, mommy jehdi hai gi, don't nahi kharab aa. Te eh dhan ki kita jaye, you know. And my mom just goes, like, as she has always, since we were children, inna ne zulm kari jana, si chup kar jana, chalo, mother said, dafa karo. Eh log bhul jande aa ki ek country de vich inna de pyar kinne laaye aa. We did.
ਸ਼ੀ ਈਵਨ ਨਾਓ ਸੈਡ ਦੇ ਟਾਕਡ ਆਲ ਦਿਸ ਸਮੈਕ ਇੰਨੀਆਂ ਗੱਲਾਂ ਕੀਤੀਆਂ ਤੇਰੇ ਮੰਮੀ ਕਹਿੰਦੇ ਜਾਣਦੇ ਬੇਇੱਜ਼ਤੀ ਹੁੰਦੀ ਹੈ ਮੈਂ ਕਿਹਾ ਰੀਅਲੀ ਆਰ ਯੂ ਸੀਰੀਅਸ ਰਾਈਟ ਮੈਂ ਕਿਹਾ ਯੂ ਨੋ ਵਟ ਆਈ ਐਮ ਸੌਰੀ ਬਟ ਅੱਜ ਨਹੀਂ ਸੋ ਅੱਜ ਤੋਂ ਬਾਅਦ ਹੁਣ ਮੈਂ ਗੱਲਾਂ ਹੈਂਡਲ ਕਰੂੰਗੀ ਤੁਸੀਂ ਸਾਰਾ ਕੁਝ ਸੁਣ ਸਕਦੇ ਹੋ ਆਪਦੇ ਬੱਚੇ ਬਾਰੇ ਕੋਈ ਗੱਲ ਸੁਣ ਕੇ ਰਾਜੀ ਨਹੀਂ ਹੁੰਦਾ ਹੈ ਨਾ ਕੋਈ ਬੱਚੇ ਕਿਉਂ ਕਿਸੇ ਦੇ ਬੱਚੇ ਦੀ ਗੱਲ ਕਰਨੀ ਆ ਕਿਉਂ ਤੁਸੀਂ ਕੇਅਰ ਕਰਦੇ ਹੋ ਕਿਸੇ ਦੇ ਇੰਸਟਾਗ੍ਰਾਮ ਟਿਕਟੋਕ ਅਕਾਊਂਟ ਡੂ ਯੂ ਹੈਵ ਦੈਟ ਮੱਚ ਡੈਮ ਟਾਈਮ ਟੂ ਚੈੱਕ ਔਨ ਰਿਲੇਟਿਵਸ ਔਰ ਨੀਸਿਸ ਦੇਅਰ ਕਿਡਸ ਯੂ ਨੋ ਸਮ ਦੈਟ ਸ਼ੁੱਡ ਬੀ ਯੋਰ ਗ੍ਰੈਂਡ ਕਿਡਸ ਤੁਹਾਡੇ ਗ੍ਰੈਂਡ ਚਾਈਲਡ ਦੀ ਉਮਰ ਦੇ ਬੱਚੇ ਦਾ ਤੁਹਾਡੇ ਕੋਲ ਅਕਾਊਂਟ ਚੈੱਕ ਕਰਨ ਦਾ ਟਾਈਮ ਹੈਗਾ ਆ ਵਿਹਲੇ ਰਹੋ ਕੋਈ ਕੰਮ ਹੀ ਕਰ ਲਓ ਹਾਥੀ ਹਿਲਾ ਲਓ ਹੈ ਨਾ ਆਪਣੀ ਜ਼ਿੰਦਗੀ ਥੋੜ੍ਹੀ ਸਵਾਰ ਲਓ ਮੇ ਬੀ ਟੇਕ ਕੇਅਰ ਆਫ ਯੋਰ ਰੀਅਲ ਸੋਸ਼ਲ ਲਾਈਫ ਯੂ ਨੋ ਮੈਂ ਹੁਣ ਸੋਚ ਰਹੀ ਹਾਂ ਬੈਠੀ ਕਿ ਇਹੋ ਜਿਹੇ ਇਨਸਾਨਾਂ ਦਾ ਕੀ ਹੋ ਸਕਦਾ ਆ ਵੈਲ ਇਹ ਕਿਟੀ ਪਾਰਟੀ ਦੇ ਵਿੱਚ ਇਹਨਾਂ ਦੱਸਿਆ ਜਾਂਦਾ ਕਿ ਤੁਸੀਂ ਚੀਟਿੰਗ ਕਰੋ ਆਪਣੇ ਹਸਬੈਂਡ ਨੂੰ ਛੱਡ ਦਿਉ ਬਾਹਰ ਹੋਰ ਬੰਦੇ ਲੱਭ ਲਓ ਅਫੇਅਰ ਕਰੋ ਡਿਵੋਰਸ ਪਾਚੋ ਫਾਇਲ ਕਰ ਦਿਓ ਪਰ ਬੰਦੇ ਦੇ ਸਾਰੇ ਪੈਸੇ ਲੈ ਕੇ ਅਲੱਗ ਹੋਣਾ ਸ਼ੁਰੂ ਕਰ ਦਿਉ ਸੈਪਰੇਟ ਅਕਾਊਂਟ ਵਿੱਚ ਆਪਣੇ ਪੈਸੇ ਜਮ੍ਹਾਂ ਕਰਾਓ ਆਲਸੋ ਪੀਓ ਬਾਕਸ ਲੈ ਲਓ ਜਸਵੀਰੋ ਕੈਂਟ ਵਾਲੀ ਜਸਵੀਰੋ ਬਰਾੜ ਕਹਿੰਦੀ ਆ ਕਿ ਭਾਈ ਤੁਸੀਂ ਪੀਓ ਬਾਕਸ ਲੈ ਲਓ ਅਤੇ ਹੈ ਨਾ ਪਤਾ ਲੱਗੇ ਸੋ ਬਹੁਤ ਗਲਤ ਗੱਲ ਦੱਸੀ ਜਾਂਦੀਆਂ ਆ ਕੁਲਵਿੰਦਰ ਵੀ ਅਰਦੀ ਇੱਦਾਂ ਸੋ ਇਟਸ ਰੀਅਲੀ ਰੋਂਗ ਰਾਈਟ ਬਟ ਦ ਇਸ਼ੂ ਇਜ਼ ਵਾਈ ਆਰ ਯੂ ਇਨਵੋਲਵਿੰਗ ਇਨ ਏਬੀ ਐਲਸਿਸ ਕਿਡਸ ਤੁਸੀਂ ਜੋ ਕਰਨਾ ਮਰਨਾ ਜੀਣਾ ਕਰੋ ਰਾਈਟ ਆਈ ਡੋਂਟ ਕੇਅਰ ਆਈ ਡੋਂਟ ਹੈਵ ਟਾਈਮ ਬਟ You wouldn't believe ki the kiddi uproar eh kiddi party to aayi ya so I have so many calls mainu bhrava ne contact kita ya te kende bhane shukr aa ke inna de khilaf kise ne awaaz uthai ya you know to be honest main ek second liye I was like huh and he goes haan ji assi ta shukr manaunne ke tusi kuch bolne ho na just like ke ਇਹ ਜਨਾਨੀਆਂ ਦਾ ਮੈਨੂੰ ਦੱਸੋ ਐਂਡ ਆਈ ਹੈਵ ਵਾਸ ਔਨ ਅ ਵੀਡੀਓ ਕਾਲ ਬੈਟਰ ਜਦ ਦਾ ਨੰਬਰ ਲੱਭ ਰਿਹਾ ਸੀ ਮੇਰਾ ਅਤੇ ਦੱਸਿਆ ਮੈਨੂੰ ਅਸੀਂ ਲੋੜ ਤੋਂ ਵੱਧ ਦੁਖੀ ਹਾਂ ਸਾਡੇ ਘਰ ਦੀ ਕਿਸ਼ਤਾਂ ਪਿੱਛੇ ਪੈ ਗਈਆਂ ਸਾਡੀ ਜਨਾਨੀਆਂ 1,000-1,500 ਦੀ ਕਿੱਟੀਆਂ ਪਾਉਂਦੀਆਂ ਸੂਟ ਮੰਗਾ ਲਏ ਕਰ ਲਏ ਅਤੇ ਬਹੁਤ ਮੈਂ ਦੁਖੀ ਹਾਂ ਜੇ ਮੈਂ ਕੁਛ ਕਹਿਣਾ ਮੈਨੂੰ ਘੁੱਟਣ 'ਤੇ ਆਉਂਦੀ ਆ ਮੇਰੀ ਜਨਾਨੀ ਦਾ ਅਫੇਅਰ ਵੀ ਚੱਲ ਰਿਹਾ ਸਾਰਿਆਂ ਨੂੰ ਪਤਾ ਹੈ ਆਮ ਜਸਟ ਲਾਈਕ ਵਾਓ ਇਨਫੋਰਮੇਸ਼ਨ ਓਵਰਲੋਡ ਬਟ ਮੈਂ ਉਹਦਾ ਪੱਦੇ ਦਾ ਫੇਸ ਦੇਖਣਾ ਆਈ ਫੀਲ ਸੋ ਬੈਡ ਆਮ ਜਸਟ ਲਾਈਕ ਰੀਅਲੀ ਕਹਿੰਦੇ ਹਾਂਜੀ ਜੀ ਇੱਥੋਂ ਸਿੱਖ ਕੇ ਆਉਂਦੀ ਹੈ ਤਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਮਾੜਾ ਬੋਲਿਆ ਨੂੰ ਤਾਂ ਕਰਾਓ ਵਾਓ ਰਾਈਟ ਓਕੇ ਸੋ ਇਟ ਗਾਟ ਟੂ ਦ ਪੁਆਇੰਟ ਆਈ ਐਮ ਜਸਟ ਲਾਈਕ ਓਕੇ ਵੈਲ ਯੂ ਨੋ ਹੁਣ ਤੁਸੀਂ ਕੀਤਾ ਮੈਂ ਜਵਾਬ ਦੇ ਦੇਣੀ ਹੈ ਸੋ ਵੀ ਪੁੱਟ ਅ ਲਿਟਲ ਵੀਡੀਓ ਆਊਟ ਐਂਡ ਪੀਪਲ ਲਾਈਕਡ ਇਟ ਬਟ ਦੇਅਰ ਆਰ ਸੋ ਮੈਨੀ ਪੀਪਲ ਜਿਹੜੇ ਕਹਿ ਰਹੇ ਕਿ ਕਿਟੀ ਪਾਰਟੀ ਸਾਡੇ ਘਰ ਖਰਾਬ ਕਰਤੇ ਅਤੇ ਮੈਨੂੰ ਸੱਚੀ ਦੱਸਾਂ ਨਾ ਇੰਨੀ ਉਮੀਦ ਨਹੀਂ ਸੀਗੀ ਕਿ ਇੰਨੇ ਲੋਕ ਮੈਨੂੰ ਕੰਟੈਕਟ ਕਰਨਗੇ ਦੇ ਆਰ ਪੀਪਲ ਦੈਟ ਲੈਫਟ ਦ ਸਟੇਟ ਆਫ ਸੀਐਟਲ ਸੀਐਟਲ ਤੋਂ ਮੂਵ ਹੋ ਕੇ ਉਹ California chale gaye and I was like why did you move kehne saadi jaan vi kitiyan chhad di si Seattle ch bahut gand pe gaya kitiyan shitiyan da assi tapaye apna ghar bachaya te assi nikal gaye ek ni do jane message mainu aaye I'm just like really aur pata nahi kinne hage jinna de message mainu aane hai par kinni adas kala ke kise nu lagda penda ke unhan di family bachaun nu ke unhan nu state chhadni pehni hai right it's happening and it got pretty bad they hone main kehna de galla karke hai na thoda ja inna nu calm down karna ke bhai sudhar jao bpo je todi age 65 aa ja 50 something I don't care apne bachchan de galla karo shayad tode bachche nu koi rishta hi mil jaye par todi jidda di harkatan aa
ਕਹਿੰਦੇ ਜਿਹੇ ਜੀ ਕੋਕੋ ਉਹੇ ਜੀ ਕੋਕੋ ਦੇ ਬੱਚੇ. That's the same apple that doesn't fall from the tree. That's just a tongue twister for me, hai na? ਉਹੀ ਸੇਬ ਆ ਜਿਹੜਾ ਦਰਖਤ ਤੇ ਲੱਗਿਆ ਹੁੰਦਾ ਨਾ, ਦਰਖਤ ਤੋਂ ਬੜਾ ਦੂਰ ਨਹੀਂ ਡਿੱਗਦਾ, ਪਤਾ ਲੱਗ ਜਾ ਕਿ ਫਲਾਣੇ ਦਰਖਤ ਦਾ ਹੀ ਬੀ ਹੈ. ਵੈਲ ਸੇਮ ਥਿੰਗ. ਬਟ ਜੇ ਆਪਾਂ ਕਹੇ ਕਿਸੇ ਨੂੰ ਸੁਧਾਰ ਸਕਦੇ ਹਾਂ ਆਪਾਂ, ਮੈਨੂੰ ਹਮੇਸ਼ਾ ਲੱਗਦਾ ਕਿ ਰੱਬ ਨੇ ਮੈਨੂੰ ਹੀ ਇਹ ਗੱਲ ਬਖਸ਼ੀ ਆ ਕਿ ਤੂੰ ਹੀ ਸਾਂਭ. ਸੋ ਹੇਅਰ ਆਈ ਐਮ ਗੱਲਾਂ ਕਰਨ ਨੂੰ, ਸਾਂਭਣ ਨੂੰ ਅਤੇ ਕਿਟੀਆਂ ਦਾ ਖਿਲਾਰਾ ਚੁੱਕਣ ਨੂੰ. ਸੋ ਆਈ ਕਾਲ ਦਮ ਸਿਆਟਲ ਦੀ ਕੈਂਟ ਦੀਆਂ ਲੁੱਚੀਆਂ ਕਿਟੀ ਪਾਰਟੀ ਵਾਲਾ ਕਲੱਬ. ਬੜੀ ਅੱਗ ਲੱਗੀ, ਬੜੀ ਲੇਟੀਆਂ ਕਿ ਸਾਡੀ ਗੱਲਾਂ ਲੀਕ ਹੋ ਗਈਆਂ ਅਤੇ ਕਹਿੰਦੀਆਂ ਇਹ ਗੱਲਾਂ ਲੀਕ ਕਿਵੇਂ ਹੁੰਦੀਆਂ? ਅਸੀਂ CID ਹਾਇਰ ਕਰਨੀ ਆ, ਅਸੀਂ ਲੱਭ ਲੈਣਾ. ਲੱਭ ਲਓ ਭਾਈ ਬੁੱਢੀਓ ਭੁੜੀਓ, ਐਨਕਾਂ ਥੋੜ੍ਹੀ ਮੋਟੇ ਫਰੇਮ ਹੋਰ ਲਵਾ ਲਓ, ਤੁਹਾਡੀਆਂ ਐਨਕਾਂ ਕੰਮ ਨਹੀਂ ਕਰ ਰਹੀਆਂ ਹੈਗੀਆਂ, ਹੈ ਨਾ? ਅਤੇ ਅਗੈਨ ਵਰਕਿੰਗ ਇਨ ਵਟ ਆਲ ਆਈ ਡੂ ਰਾਈਟ, ਮੈਂ ਕਿਹਾ ਕਿ ਆਈ ਹੈਵ ਅ ਲੋਟ ਆਫ ਇਨਫੋਰਮੇਸ਼ਨ ਐਂਡ ਇਟਸ ਜਸਟ ਅਮੇਜ਼ਿੰਗ ਟੂ ਮੀ ਕਿ ਹਾਊ ਮੱਚ ਟਾਈਮ ਪੀਪਲ ਹੈਵ ਆਪਣੇ ਸਕੈਜੂਲ ਦੇ ਵਿੱਚ ਸਾਡੀਆਂ ਗੱਲਾਂ ਕਰਨ ਨੂੰ, ਹੈ ਨਾ? ਸੋ ਇਹ ਤੁਹਾਡੇ ਸ਼ਹਿਰ 'ਚ ਵੀ ਹੋ ਸਕਦੀਆਂ ਹੈ ਜੀ ਬੀਬੀਆਂ. ਮੈਨੂੰ ਹੋਰ ਸਿੱਟਾਂ ਤੋਂ ਬੜੀ ਕਾਲ ਆਈਆਂ, ਕਹਿੰਦੇ ਕਿ ਸਾਡੇ ਸ਼ਹਿਰ 'ਚ ਵੀ ਬੜਾ ਗੰਦ ਪਾਇਆ ਇਹਨਾਂ ਨੇ. ਆਈ ਡੋਂਟ ਨੋ ਮੱਚ ਅਬਾਊਟ ਹਿਮ, ਲਾਈਕ ਆਈ ਸੈਡ ਪਹਿਲਾਂ ਤੋਂ, ਬਟ ਜੋ ਮੈਂ ਸੁਣ ਰਹੀ ਹਾਂ ਬੜਾ ਹਲਾ ਦਿੰਦਾ ਇਨਸਾਨ. ਸੋ ਜੇ ਤੁਹਾਨੂੰ ਉਹ ਕਿੱਟੀ ਦਾ ਪਤਾ ਹੈਗਾ ਤਾਂ ਇੱਦਾਂ ਹੋ ਰਿਹਾ ਆਲਵੇਜ਼, ਯੂ ਨੋ, ਜੇ ਤੁਸੀਂ ਕਿਸੇ ਕਿੱਟੀ 'ਚ ਹੋ ਤਾਂ ਕਿਸੇ ਦੀ ਗੱਲ ਸੁਣ ਰਹੇ ਹੋ, ਐਂਡ ਯੂ ਆਰ ਜਸਟ ਲਾਈਕ ਵਾਓ ਕਿ ਤੁਹਾਡੇ ਰਿਸ਼ਤਾ, ਤੁਹਾਡੀ ਨਨਾਣ ਦੀ ਕੁੜੀ ਜਾਂ ਕੋਈ ਵੀ ਕਿਸੇ ਦੀ ਗੱਲਾਂ ਕਰ ਰਿਹਾ, ਬੱਚਿਆਂ ਦੀ ਗੱਲਾਂ ਕਰ ਰਿਹਾ, ਉਹਨਾਂ ਦੀ ਕੋਈ ਵੀ ਗੱਲ, ਤੁਸੀਂ ਯੂ ਸ਼ੁੱਡ ਬੀ ਦ ਵਨ ਸੇਇੰਗ ਯੂ ਨੋ ਵਟ, ਆਪਾਂ ਆਪਣੀ ਇੱਥੇ ਗੱਲ ਕਰੀਏ, ਆਪਾਂ ਚੁਗਲੀਆਂ ਕਿਸੇ ਦੀ ਨਾ ਕਰੀਏ ਤਾਂ ਬਿਹਤਰ ਆ, ਨਾ ਚੁਗਲੀ ਸੁਣਨੀ ਨਾ ਅਸੀਂ ਕਰਨੀ ਆ. ਪਰ ਇੱਦਾਂ ਕਰਦੇ ਨੇ ਸਾਰੇ ਬੜੇ, ਹੋ ਅੱਛਾ ਇੱਦਾਂ ਹੋਇਆ, ਫਿਰ ਕੀ ਹੋਇਆ, ਚਾਰ ਨਾਲ ਲਾ ਕੇ 20-20 ਨਾਲ ਲਾ ਕੇ ਝੂਠ ਬੋਲ ਬੋਲ ਕੇ ਤੁਸੀਂ ਇੰਨੀਆਂ ਗੱਲਾਂ ਕਰਦੇ ਹੋ. ਬਾਅਦ ਚੋਂ ਮੈਨੂੰ ਥਰੈਟ ਵੀ ਬੜੇ ਆਇਆ, ਇਹ ਕਰ ਦਾਂਗੇ ਅਸੀਂ, ਉਹ ਕਰ ਦਾਂਗੇ. ਮੈਂ ਕਿਹਾ ਜੱਟ ਇਜ਼ ਸਿਟਿੰਗ ਰਾਈਟ ਹੇਅਰ, ਯੂ ਨੋ ਵੇਅਰ ਟੂ ਫਾਈਂਡ ਮੀ, ਦੱਸਿਓ ਕੋਈ ਪ੍ਰੋਬਲਮ ਹੋਈ ਦੱਸਿਓ ਮੈਨੂੰ ਜ਼ਰੂਰ. ਯੂ ਨੋ ਜਦੋਂ ਪਲੈਟਫਾਰਮ 'ਤੇ ਆਉਂਦੀ ਹਾਂ ਮੈਂ ਆਪਣਾ ਫੇਸ ਲੈ ਕੇ ਆਉਂਦੀ ਹਾਂ, ਰਾਈਟ? ਆਈ ਐਮ ਹੂ ਆਈ ਐਮ, ਯੂ ਨੋ ਵਟ ਆਈ ਮੀਨ, ਇਟਸ ਨਾਟ ਲਾਈਕ ਆਈ ਹਾਈਡ ਹੂ ਆਈ ਐਮ ਐਂਡ ਆਈ ਪਲਾਨ ਟੂ ਸੇ ਓਕੇ ਨਕਲੀ ਅਕਾਊਂਟ ਬਣਾਓ, ਯੇ ਕਰੋ. ਮੈਂ ਕਿਹਾ ਤੁਸੀਂ ਜੋ ਕਰਨਾ ਕਰੋ, ਇਟ ਡਜ਼ਨਟ ਬਾਦਰ ਮੀ ਟੂ ਬੀ ਆਨੈਸਟ, ਬਟ ਇਟ ਡਜ਼ ਬਾਦਰ ਮੀ ਕਿ ਮੈਂ ਲੋਕਾਂ ਦੀ ਫੈਮਿਲੀ ਡਿਵੋਰਸ ਵੇਟ ਦੇਖ ਰਹੀ ਹਾਂ. ਅਤੇ ਹੁਣ ਇੱਕ ਸਾਨੂੰ ਥੋੜ੍ਹੇ ਚਿਰ ਪਹਿਲਾਂ ਇੱਕ ਲੇਡੀ ਦਾ ਮੰਮੀ ਮੇਰੇ ਮੈਸੇਜ ਆਇਆ ਸੀਗਾ ਅਤੇ ਉਹ ਕਹਿੰਦੇ ਜਿਹਦਾ ਵਿਆਹ ਕਰਨਾ ਆ ਲੇਡੀ ਦਾ, ਸ਼ੀ ਇਜ਼ 50 ਸਮ ਈਅਰਸ ਓਲਡ, ਡਿਵੋਰਸ ਹੋ ਗਿਆ, ਹਸਬੈਂਡ ਬੱਚੇ ਲੈ ਗਿਆ. ਕਮ ਟੂ ਫਾਈਂਡ ਆਊਟ ਦਿਸ ਲੇਡੀ ਇਜ਼ ਅਨਦਰ ਕਿਰੀ, ਅਤੇ ਸ਼ੀ ਹੈਡ ਐਨ ਅਫੇਅਰ ਵਿਦ ਅਨਦਰ ਗਾਈ ਵਿਚ ਸ਼ੀ ਡਿਡ ਨਾਟ ਮੈਰੀ. ਐਂਡ ਆਈ ਐਮ ਲਾਈਕ, ਇਹ ਨੋਰਮਲ ਗੱਲਾਂ ਆ ਕਿਟੀਆਂ ਦੀਆਂ? ਹੈਲ ਯਾ, ਆਈ ਥਿੰਕ ਇਟ ਇਜ਼. ਸੋ ਦੈਟਸ ਅ ਲਿਟਲ ਤਵਾ ਔਨ ਕਿਰੀ ਪਾਰਟੀਜ਼ ਟੂਡੇ. ਅਗੈਨ ਜੇ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ, ਦੇਰ ਇਜ਼ ਆਲਵੇਜ਼ ਅ ਵੇ ਟੂ ਗੈਟ ਟੱਚ ਵਿਦ ਮੀ. ਹੋਰ ਨਹੀਂ ਕੁਛ, ਟਿਕਟੋਕ ਤੁਸੀਂ ਲੱਭ ਸਕਦੇ ਹੋ, ਸੇਮ ਥਿੰਗ, ਰੂਬੀ ਬਾਸੀ ਨਿਊਜ਼ ਪੋਡਕਾਸਟ. ਉੱਥੇ ਸੁਣੋ, ਉੱਥੇ ਜੁੜੋ ਅਤੇ ਤੁਹਾਡੀ ਗੱਲ ਵੀ ਸੁਣੀ ਜਾਊਗੀ, ਹੈ ਨਾ? ਆਈ ਐਮ ਨਾਟ ਸੇਇੰਗ ਕਿ ਸਾਰੀ ਦੁਨੀਆ ਦੀਆਂ ਕਿਟੀਆਂ ਮਾਰੀਆਂ, ਹੋਪਫੁਲੀ ਦੇ ਨਾਟ, ਨਾ ਮੈਂ ਜਾਣੀ ਹਾਂ, ਰਾਈਟ? ਨਾ ਮੈਨੂੰ ਪਤਾ, ਨਾ ਮੈਨੂੰ ਇੰਟਰਸਟ ਆ. ਮੈਨੂੰ ਇੰਟਰਸਟ ਹੈਗਾ ਗੈਟਿੰਗ ਦ ਟਰੂਥ ਆਊਟ ਦੇਅਰ, ਯੂ ਨੋ. ਜੇ ਮੈਂ ਇਹ ਕਦਮ ਨਾ ਚੱਕ ਦਿੱਤੇ, ਇਹਨਾਂ ਨੂੰ ਐਕਸਪੋਜ਼ ਨਾ ਕਰਦੀ, ਤੇ ਇਹਨਾਂ ਨੇ ਦੂਜਿਆਂ ਨੂੰ ਦਬਾਈ ਜਾਣਾ ਸੀ, ਝੂਠ ਬੋਲੀ ਜਾਣਾ ਸੀ. ਝੂਠ ਵੀ ਸਿਰੇ ਦਾ ਝੂਠ ਬੋਲਿਆ ਗਿਆ. ਆਈ ਐਮ ਨਾਟ ਗੋਇੰ ਟੂ ਸ਼ੇਅਰ ਆਲ ਦ ਡੀਟੇਲਸ ਹੇਅਰ, ਬਟ ਇੰਨਾ ਕੁ ਪਤਾ ਹੋਣਾ ਚਾਹੀਦਾ ਹਰ ਇੱਕ ਇਨਸਾਨ ਨੂੰ ਕਿ ਜਦੋਂ ਅਸੀਂ ਕੋਈ ਬੇਵਕੂਫੀ ਕਰਦੇ ਹਾਂ ਨਾ, ਇਹਦਾ ਸਾਨੂੰ ਜਵਾਬ ਵੀ ਮਿਲ ਜਾਣਾ, ਕਿ ਜਵਾਬ ਦੇਣ ਵਾਲੇ ਵੀ ਬੈਠੇ ਆ. ਰਾਈਟ? ਇਹ ਆਪਾਂ ਕਹਿ ਦੇ ਕਿ ਕਰਕੇ ਸੁਧਰ ਗਈਆਂ, ਨਹੀਂ ਜੀ, ਹਜੇ ਵੀ ਨਹੀਂ ਸੁਧਰੀਆਂ. ਅਤੇ ਹੈ ਨਾ, ਜੋ ਸੱਚੀਆਂ ਗੱਲਾਂ ਸੀ ਆਪਾਂ ਕਹਿ ਦੀਆਂ,
ਜਿਹੜਾ ਕਿੱਥੇ ਫਿਰ ਜਿਹੜਾ ਮੈਨੂੰ ਪਤਾ ਮੈਂ ਦੱਸਦਾ ਹੈ ਨਾ ਠੀਕ ਹੈ ਜੀ ਕਹਿੰਦੇ ਕੋਈ ਤੋਤਾ ਤੋਤਾ ਸਾਰੇ ਨਹੀਂ ਹੁੰਦੇ ਯਾ ਵਟਐਵਰ ਵੈਲ ਯੂ ਨੋ ਆਫਟਰ ਹੈਵਿੰਗ ਟੂ ਕਿਡਸ ਐਂਡ ਡੂਇੰਗ ਦਿਸ ਬੁਲਸ਼ਿਟ ਕੁਲਵਿੰਦਰੀ ਸ਼ਰਮ ਹੋਣੀ ਚਾਹੀਦੀ ਤੈਨੂੰ ਸ਼ਰਮ ਡੁੱਬ ਮਰ ਜਾਣਾ ਚਾਹੀਦਾ ਡੁੱਬ ਹੈ ਨਾ ਪਰ ਆਈ ਹਰਡ ਸਵਿਮਿੰਗ ਕਲਾਸਿਸ ਲੈਣ ਲੱਗੇ ਹੋ ਇਹ ਗੱਲਾਂ ਕਿਹਨੂੰ ਟਾਰਗੇਟ ਕੀਤੀਆਂ ਜਾਂ ਕਿਹਨੂੰ ਸਿੱਧਾ ਡਾਇਰੈਕਟ ਮੈਸੇਜ ਆਈ ਐਮ ਸ਼ੋਰ ਉਹਨੂੰ ਇਨਸਾਨ ਨੂੰ ਪਤਾ ਹੋਣਾ ਬਟ ਮੇਕ ਸਮ ਚੇਂਜ ਆਪਣਾ ਕੋਈ ਵਧੀਆ ਚੀਜ਼ ਕਰੋ ਹੈ ਨਾ ਪਰਮਾਤਮਾ ਦਾ ਨਾਮ ਵਾਹਿਗੁਰੂ ਵਾਹਿਗੁਰੂ ਕਰੋ ਅਤੇ ਇਹ ਜਿਹੜੇ ਬਾਬੇ ਦੇ ਕਾਲੇ ਤਾਂਤਰਿਕ ਦੇ ਤੁਸੀਂ ਤੁਰੀਆਂ ਫਿਰਦੀਆਂ ਹੋ ਹੁਣ ਮੈਨੂੰ ਖਬਰ ਮਿਲੀ ਕਿ ਅਸੀਂ ਰੂਬੀ ਦੇ ਕਰਾਉਣਾ ਇਹ ਤਾਂ ਕਾਲਾ ਜਾਦੂ ਕਰਾਉਂਦੇ ਹਾਂ ਇਹ ਕਰ ਦਾਂਗੇ ਰਾਤ ਨੂੰ ਸਵੇਰੇ ਬਹਿ ਕੇ ਪਾਠ ਕਰਕੇ ਬਾਬੇ ਕੋਲ ਫੋਨ ਕਰਾਂਗੇ ਉਹ ਸਾਨੂੰ ਲੌਂਗ ਭੇਜ ਲੈ ਉਹ ਜੋ ਭੇਜਣਾ ਭੇਜ ਦਿਉ ਮੈਂ ਤਾਂ ਕਹਿੰਦੀ ਹਾਂ ਇੱਥੇ ਬੈਠੀ ਹਾਂ ਵੇਟ ਕਰਦੀ ਆ ਜਾਓ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦੀ ਦਰਵਾਜ਼ੇ ਤੁਹਾਨੂੰ ਮੋੜੂੰਗੀ ਡਰਾਈਵਰ ਚ ਅੰਦਰ ਤੁਹਾਨੂੰ ਘਰੇ ਜ਼ਰੂਰ ਲੈ ਕੇ ਆਊਂ ਚਾਹ ਪਾਣੀ ਪਿਆਊਂਗੀ ਲੰਚ ਖਵਾਉਂਗੀ ਅਤੇ ਫਿਰ ਸੇਵਾ ਕਰੂੰਗੀ ਬਹੁਤ ਪਿਆਰੇ ਤਰ੍ਹਾਂ ਇਹ ਸੇਵਾ ਜਦੋਂ ਭੁੱਲੋਂਗੇ ਨਹੀਂ ਕਿੰਨੀ ਵਧੀਆ ਸੇਵਾ ਕੀਤੀ ਸਾਡੀ ਸੋ ਆਲ ਆਈ ਐਮ ਗੋਇੰ ਟੂ ਸੇ ਇਜ਼ ਪੀਪਲ ਮੇਕ ਅ ਚੇਂਜ ਡੂ ਸਮਥਿੰਗ ਜਿਹੜੇ ਤੁਸੀਂ ਆ ਪੁੱਠੇ ਕੰਮਾਂ 'ਚ ਫਸੀਆਂ ਹੋਈਆਂ ਨਾ ਆਪਣੇ ਆਪ ਥੋੜ੍ਹਾ ਚੇਂਜ ਕਰ ਲਓ ਐਂਡ ਇਟਸ ਵੈਰੀ ਇੰਪੋਰਟੈਂਟ ਬਿਕਾਜ਼ ਜੇ ਤੁਸੀਂ ਚੇਂਜ ਨਹੀਂ ਕਰਦੀਆਂ ਫਿਰ ਮੇਰੇ ਅੱਗੇ ਹੋਏ ਦੀ ਚੇਂਜ ਕਰਨ ਵਾਲੀ ਤੁਹਾਨੂੰ ਜੰਮ ਪੈਂਦੀਆਂ ਫਿਰ ਮੈਨੂੰ ਹੋਰ ਵੀ ਗੱਲਾਂ ਦੱਸੀਆਂ ਗਈਆਂ ਹਾਂ ਤੇ ਜਾਦੂ ਕਰਾਉਣਾ ਤੇ ਟੂਣਾ ਟੂਣਾ ਪਤਾ ਟੋਣਾ ਕਹਿੰਦੇ ਮੈਨੂੰ ਪਤਾ ਨਹੀਂ ਆਉਣਾ ਆਈ ਰੀਅਲੀ ਡੋਨਟ ਕੇਅਰ ਆ ਕਰਵਾਉਣਾ ਆ ਜੇ ਮੇਰੇ ਮੇਰੇ ਹਸਬੈਂਡ ਨਾਲ ਬਣਦੀ ਨਾ ਮੈਂ ਚੀਟਿੰਗ ਔਨ ਹਿਮ ਐਂਡ ਹੀ ਇਜ਼ ਨਾਟ ਚੀਟਿੰਗ ਔਨ ਮੀ ਭਾਈ ਇਹਨੇ ਟੂਣਾ ਕੀਤਾ ਜੇ ਟੋਣਾ ਕਹਿੰਦੇ ਟੂਣਾ ਪਤਾ ਆਈ ਡੋਨਟ ਨੋ ਐਨੀਵੇਜ਼ ਕਿਹੜਾ ਜਾਦੂ ਕੀਤਾ ਹੋਇਆ ਅੱਛਾ ਜੀ ਤੇ ਤੁਸੀਂ ਨਹੀਂ ਕੀਤਾ ਆਪਣੇ ਘਰ ਵਾਲੇ ਤੇ ਜਿਹੜਾ ਘਰ ਤੁਹਾਨੂੰ ਕੁਛ ਕਹਿੰਦਾ ਹੀ ਨਹੀਂ ਹੈਗਾ ਹੈ ਨਾ ਆਈ ਹੈਵ ਮਾਈ ਹਸਬੈਂਡ ਸਪੋਰਟਸ ਮੀ ਫੁੱਲੀ ਆਲ ਦ ਟਾਈਮ ਸ਼ਾਇਦ ਤੁਸੀਂ ਦੁਖੀ ਹੋ ਕਿਉਂਕਿ ਮੈਂ ਖੁਸ਼ ਆਪਣੀ ਜ਼ਿੰਦਗੀ ਦੇ ਵਿੱਚ ਹੈਗੀ ਆਈ ਡੋਂਟ ਕੇਅਰ ਅਬਾਊਟ ਯੂ ਪੀਪਲ ਅੰਟਿਲ ਯੂ ਟਾਕ ਸ਼ਿਟ ਅਬਾਊਟ ਮੀ ਸੋ ਵਿਚਐਵਰ ਵਨ ਇਟ ਇਜ਼ ਕਰੋ ਜੀ ਬਾਬਿਆਂ ਕੋ ਜਾਓ ਤਾਂਤਰਿਕਾ ਕੋ ਜਾਓ ਜੇ ਤੇ ਕੋ ਜਾਣਾ ਜਾਓ ਜਿੱਦਣ ਮੈਂ ਚਲੇ ਗਈ ਤੁਹਾਨੂੰ ਲੁਕਣ ਨੂੰ ਥਾਂ ਨਹੀਂ ਮਿਲਣਾ ਹੈ ਨਾ ਕਹਿੰਦੇ ਹੋ ਜਿੱਦਾਂ ਮੌਤ ਵੀ ਆਉਂਦੀ ਹੁੰਦੀ ਹੈ ਰਾਈਟ ਯੂ ਨੋ ਹੈਵ ਯੂ ਹਰਡ ਦੈਟ ਸਟੋਰੀ ਦਿਸ ਸਟੋਰੀ ਅਬਾਊਟ ਕਹਿੰਦੇ ਇੱਕ ਆਦਮੀ ਸੀਗਾ ਉਹ ਮੌਤ ਤੋਂ ਬੜਾ ਭੱਜਿਆ ਹੈ ਨਾ ਐਂਡ ਉਹ ਪਤਾ ਭੱਜਦਾ ਪਤਾ ਕਿੱਥੇ ਰਹਿ ਗਿਆ ਲਾਈਕ ਸਮ ਡੈਜ਼ਰਟ 'ਤੇ ਚਲੇ ਗਿਆ ਹੈ ਨਾ ਡੈਜ਼ਰਟ ਜਾ ਕੇ ਨਾ ਹੁਣ ਤਾਂ ਮੈਂ ਮੌਤ ਤੋਂ ਲੁਕ ਗਿਆ ਹਾਂ ਅਤੇ ਮੌਤ ਉੱਥੇ ਵੀ ਖੜੀ ਕਹਿੰਦਾ ਮੈਂ ਤਾਂ ਇੰਨਾ ਭੱਜਿਆ ਇੰਨਾ ਭੱਜਿਆ ਤੂੰ ਮੈਨੂੰ ਇੱਥੇ ਵੀ ਲੱਭ ਲਿਆ ਉਹ ਕਹਿੰਦੀ ਤੇਰਾ ਵਕਤ ਆ ਗਿਆ ਤੂੰ ਭੱਜ ਨਹੀਂ ਸਕਦਾ ਸੋ ਖਾਈ ਨਾ ਲਾਈਕ ਦੈਟ ਕਈ ਵਾਰੀ ਲੋਕਾਂ ਦੇ ਜਿਹੜੇ ਘੜੇ ਹੁੰਦੇ ਨਾ ਇਹ ਭਰ ਜਾਂਦੇ ਆ ਜਦੋਂ ਇਹ ਘੜੇ ਭਰ ਜਾਂਦੇ ਆ ਨਾ ਉਹ ਡੁੱਲਣ ਨਾ ਪੈਂਦੇ ਆ ਸੋ ਜਦੋਂ ਡੁੱਲਣ ਨਾ ਪੈਂਦੇ ਆ ਥੋੜ੍ਹੀ ਜਿਹੀ ਹੈਲਪ ਮੰਗੋ ਤੁਸੀਂ ਮੇ ਬੀ ਯੂਅਰ ਸਕ੍ਰੀਮਿੰਗ ਫਾਰ ਹੈਲਪ ਹੂ ਨੋਜ਼ ਵਟ ਯੂਅਰ ਇਸ਼ੂ ਇਜ਼ ਹੈ ਨਾ ਤੁਹਾਡਾ ਸ਼ਾਇਦ ਤਰੀਕਾ ਹੋਣਾ ਮਦਦ ਮੰਗਣ ਦਾ ਸੋ ਯੂ ਨੋ ਆਈ ਐਮ ਮਾਈਂਡਿੰਗ ਮਾਈ ਓਨ ਬਿਜ਼ਨਸ ਯੂ ਨੋ ਹੈਂਡੀ ਡੈਂਡੀ ਜਸਟ ਡੂਇੰਗ ਮਾਈ ਓਨ ਥਿੰਗ ਬਟ ਨੋ ਲੋਕਾਂ ਨੂੰ ਮਨਜ਼ੂਰ ਨਹੀਂ ਹੈਗਾ ਜੇ ਮੈਂ 1.5 ਲੱਖ ਦੀ ਗੱਡੀ ਚਲਾਉਂਦੀ ਹਾਂ ਉਹ ਤੁਸੀਂ ਲੈ ਕੇ ਦਿੱਤੀ ਹੋਣੀ ਮੈਨੂੰ ਹੈ ਨਾ ਓਕੇ ਯਾਰ ਰਾਈਟ 2 ਮਿਲੀਅਨ ਦੀਆਂ ਗੱਡੀਆਂ ਆਈ ਹੈਵ ਡ੍ਰਿਵਨ ਇਨ ਦ ਪਾਸਟ ਫਿਊ ਈਅਰਸ ਯੂ ਨੋ ਤੁਸੀਂ ਸਾਰੀ ਲੈ ਕੇ ਦਿੱਤੀਆਂ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਹੈ ਨਾ ਸਾਰਾ ਕੁਛ ਤੁਸੀਂ ਸਾਨੂੰ ਦਿੰਦੇ ਹੋ ਆਪ ਤੁਸੀਂ ਟੁੱਟੀਆਂ ਗੱਡੀਆਂ ਚਲਾਉਂਦੇ ਹੋ ਕੈਮਰੇ 'ਚ ਨਿਕਲ ਨਹੀਂ ਸਕਦੇ ਬਟ ਯੂ ਹੈਵ ਐਨ ਇਸ਼ੂ ਵੈਨ ਆਮ ਡ੍ਰਾਈਵਿੰਗ ਮਾਈ ਵਹੀਕਲਸ ਵਾਈ ਇਜ਼ ਇਟ ਜੈਲਸੀ ਦੈਟਸ ਟਾਕਿੰਗ ਸ਼ੋਰ ਸਾਊਂਡਸ ਲਾਈਕ ਇਟ ਹੈ ਨਾ ਅਤੇ ਉਹੋ ਜਿਹੇ ਬੇਵਕੂਫ ਲੋਕ ਜਿਹੜੇ ਇਹ ਗੱਲਾਂ ਸੁਣਨ ਵਾਲੇ ਹੈਗੇ ਆ ਇਹਨਾਂ ਜਨਾਨੀਆਂ ਦਾ ਕੁਛ ਨਹੀਂ ਹੋ ਸਕਦਾ ਇਹ ਬੁੱਢੀਆਂ ਘੋੜੀਆਂ ਦਾ ਕੱਖ ਨਹੀਂ ਹੋ ਸਕਦਾ ਮੈਂ ਅੱਜ ਟਿਕਟੋਕ 'ਤੇ ਵੀਡੀਓ ਪਾਈ ਸੀ ਨਾ ਮੈਂ ਕਿਹਾ ਕਿ ਬੁੱਢੀ ਘੋੜੀਆਂ ਤੁਹਾਡੇ ਸਿਰਿਆਂ 'ਚ ਪਿਆਰ ਆ ਕਬਰਾਂ 'ਚ ਤੁਹਾਡੇ ਪਿਆਰ ਆ ਕਿ ਤੁਸੀਂ ਕਹੋ ਕਿ ਪਰਮਾਤਮਾ ਦੇ ਨਾਲ ਅਸੀਂ ਜੁੜੀਏ ਕਿਉਂ ਕਿਉਂ ਇਹ ਕੰਮਾਂ 'ਚ ਪਈਆਂ ਹੋ ਤੁਸੀਂ ਹਜੇ ਬੰਦੇ ਲੱਭਦੇ ਹੋ ਵਿਆਹ ਹੋਰ ਕਰਾਉਣੇ ਆ ਕਿੰਨੇ ਕੁ ਵਿਆਹ ਕਰਾਉਣੇ ਕਿੰਨੇ ਕੁ ਲੱਭਣੇ ਆ ਸ਼ਰਮ ਕਰੋ ਮਾੜੀ ਜੀ ਤਾਂ
ਕੁਛ ਤਾਂ ਸ਼ਰਮ ਕਰੋ, ਤੁਹਾਡੀ ਬੁੱਢੀਆਂ ਕੁੜੀਆਂ ਘਰੇ ਬੈਠੀਆਂ, ਉਹਨਾਂ ਨੇ ਵਿਆਹ ਕਰ ਦਿਉ। ਇੱਕ ਜਿਹੜੀ ਹੈਗੀ ਡਿਵੋਰਸ ਕਰਾਉਣ 'ਚ ਬੜੀ ਮਾਹਿਰ ਆ, ਉਹ ਹਰ ਤੇ ਕਹਿੰਦੀ ਡਿਵੋਰਸ ਕਰ ਲਓ, ਬੰਦੇ ਨੂੰ ਛੱਡ ਦਿਉ। ਅਤੇ ਮੇਰਾ ਸਵਾਲ ਉਹ ਲਈ ਵੀ ਇਹੀ ਸੀਗਾ ਕਿ ਆਪਣੀ ਕੁੜੀ ਦਾ ਕਰਾ ਲਾ, ਆਪਣੇ ਮੁੰਡੇ, ਉਹਨਾਂ ਨੂੰ ਤੂੰ ਨਹੀਂ ਕਹਿੰਦੀ। ਸਾਡਿਆਂ ਦੇ ਘਰ ਹੱਸਦੇ ਵੱਸਦੇ ਰਹਿਣ, ਦੂਜਿਆਂ ਦੇ ਘਰ ਅਸੀਂ ਇੱਦਾਂ ਕਰੀਏ, ਕਿੱਦਾਂ 'ਚ ਤੁਸੀਂ ਜੀਂਦੀ ਆਪਣੇ ਆਪ ਨੂੰ ਦੇ ਕੇ ਰੋਜ਼, ਯੂ ਨੋ। ਬਟ ਸਿਆਟਲ ਸਾਡੇ 'ਚ ਮੈਂ ਸੱਚੀ ਕਹੂੰਗੀ, ਗੰਦ ਬੜਾ ਪੈ ਗਿਆ। ਇਟਸ ਐਮਬੈਰਸਿੰਗ ਟੂ ਮੀ ਕਿ ਆਹਾਂ ਸਟੇਟ ਵਿੱਚ ਅਸੀਂ ਇੰਨੇ ਸਾਲਾਂ ਦੇ ਰਹਿੰਦੇ ਹਾਂ। ਇਟਸ ਕੁਆਇਟ ਐਮਬੈਰਸਿੰਗ, ਇੱਥੇ ਕੀ ਕੁਛ ਹੋ ਰਿਹਾ ਆ। ਟੂ ਦ ਪੁਆਇੰਟ ਆਈ ਫੀਲ ਲਾਈਕ ਮੇਬੀ ਆਈ ਸ਼ੁੱਡ ਮੂਵ, ਆਈ ਡੋਨਟ ਵਾਂਟ ਟੂ ਬੀ ਇਨ ਦਿਸ ਗਾਰਬੇਜ ਐਨੀ ਮੋਰ। Who can you trust? To be honest, tusi kise nu ni trust kar sakde? I'm like speaking from my heart here. Tu jinna kise forgive karde ho na ki chalo rishtedari hai jo ye wo o tonu nahi bewakoof samajde, chup kar jande ho, tonu kehnde bewakoof insaan, inne kehda kuch kehna ya, tonu ek vaar takka maronge hai na, tusi kahoge okay, ਦੂਜੇ ਵਾਰ ਧੱਕਾ ਮਾਰਿਆ ਇੱਕ ਕਦਮ ਚੱਲਿਆ ਪਿੱਛੇ, ਤੀਜੇ ਧੱਕਾ ਮਾਰਿਆ ਦੋ ਕਦਮ ਚੱਲਿਆ, ਚੌਥੀ ਵਾਰ ਧੱਕਾ ਮਾਰਿਆ ਜਦ ਤੁਹਾਨੂੰ ਸਿੱਟ ਦੇਣੀ ਨਾ, ਉਹ ਤਾਂ ਧੱਕੇ ਵੱਜੇ ਆ, ਜੇ ਸਿੱਟ ਵੀ ਤਾਂ ਉਸੇ ਉੱਠ ਕੇ ਫਿਰ ਖੜੇ ਹੋ ਜਾਣਾ, ਚਲੋ ਇਹਨੂੰ ਕੋਈ ਫਰਕ ਪੈਂਦਾ, ਬੋਲੀ ਚੱਲੋ। ਜਦੋਂ ਜਵਾਬ ਮਿਲਦਾ ਹੈ ਨਾ, ਕਹਿੰਦੇ ਸੱਚ ਬਹੁਤ ਕੌੜਾ ਹੁੰਦਾ ਆ ਅਤੇ ਉਹ ਲੜਦਾ ਬੜਾ ਹੁੰਦਾ ਆ। ਸੱਚ ਬੋਲਿਆ ਗਿਆ ਅਤੇ ਬੜਾ ਪੁੱਠੀਆਂ ਸਿੱਧੀਆਂ ਹੋਈਆਂ। ਸੋ ਮੈਨੂੰ ਕਿਸੇ ਤਾਂਤਰਿਕ ਬਾਬੇ ਦੀ ਲੋੜ ਨਹੀਂ ਹੈਗੀ, ਮੈਨੂੰ ਕਿਸੇ ਦੀ ਲੋੜ ਨਹੀਂ ਹੈਗੀ, ਮੈਂ ਇਕੱਲੀ ਹੀ ਕਾਫੀ ਹਾਂ। ਮੇਰੀ ਗੱਲਾਂ ਹੀ ਤੁਹਾਨੂੰ ਡਰਾ ਦਿੰਦੀਆਂ, ਤੁਸੀਂ ਬਾਇਓ ਜਿਹੜੇ ਤਵੀਤ ਕਰਾਉਣੇ ਕਰਾ ਲਓ ਭਾਈ। ਇਹ ਯਾਦ ਰੱਖੋ ਕਿ ਜਿੱਦਣ ਮੈਨੂੰ ਬਾਬੇ ਲੋੜ ਪੈ ਗਈ ਨਾ, ਜਿੱਦਣ ਮੈਂ ਲੱਭ ਲਈ, ਤੁਹਾਨੂੰ ਪਹੁੰਚਾਊ ਬੜਾ ਜਲਦੀ ਜਲਦੀ। ਯੂ ਨੋ ਇਟ ਵਿਲ ਬੀ ਸੋ ਮਚ ਫਨ, ਆਈ ਹੈਵ ਟੂ ਮੀਟ ਸਮਬਡੀ ਆਈ ਗੈਸ, ਬਟ ਆਈ ਡੋਨਟ ਹੈਵ ਦ ਡੈਮ ਟਾਈਮ। ਯੂ ਨੋ ਬੁਰੇ ਕੰਮ ਕਾ ਬੁਰਾ ਨਤੀਜਾ ਤੁਸੀਂ ਕਰੋਗੇ, ਤੁਸੀਂ ਹੀ ਭਰੋਗੇ, ਤੁਹਾਡੇ ਬੱਚੇ ਭੰਨਗੇ, ਸਮ ਇਜ਼ ਇਨ ਅ ਫੇਸ ਬਟ ਰਾਈਟ, ਸੋ ਇਟਸ ਕਾਲਡ ਕਾਰਮਾ। ਮੈਂ ਉਹਦੇ ਐਪੀਸੋਡ ਕੀਤਾ ਸੀ, ਇਫ ਯੂ ਹੈਜ਼ ਹੈਵ ਹਰਡ ਇਟ, ਬਟ ਯੂ ਕੈਨਟ ਚੇਂਜ ਇਡੀਅਟਸ, ਯੂ ਕੈਨਟ ਚੇਂਜ ਦ ਮੈਂਟੈਲਿਟੀ, ਯੂ ਕੈਨ ਨਾਟ ਚੇਂਜ ਦੇਅਰ ਬੈਕਗਰਾਊਂਡ। ਜੋ ਗਰੀਬੀ 'ਚੋਂ ਆਇਆ, ਗਰੀਬੀ 'ਚ ਪੜਿਆ, ਗਰੀਬੀ 'ਚ ਉਹਨਾਂ ਨੇ ਮਰਨਾ, ਉਹਨੇ ਮਾਇੰਡ ਸੈੱਟ ਨਿਕਲ ਨਹੀਂ ਸਕਦੇ, ਭਾਵਾਂ ਜਿੰਨੇ ਮਰਜ਼ੀ ਲੱਖ ਜੋੜ ਲੈਣ, ਉਹ ਉਹਨਾਂ ਦਾ ਜਿਹੜਾ ਦਿਲ ਅਤੇ ਦਿਮਾਗ ਘਟੀਆ ਨਾ, ਗਰੀਬ ਆ, ਓਨੀ ਹੀ ਇੱਕ ਸੋਚ, ਉਹ ਓਨੀ ਕੁ ਜਗ੍ਹਾ 'ਚ ਰਹਿ ਸਕਦੇ ਆ, ਉਹ ਤੋਂ ਅੱਗੇ ਉਹਨੇ ਸੋਚ ਜਾਂਦੀ ਨਹੀਂ। ਦੇਖਣ ਨੂੰ ਬੜੀਆਂ ਚੁੱਪ ਚਾਪ, ਮੂੰਹ 'ਚ ਤਾਂ ਬੋਲ ਹੀ ਹੈ ਨਹੀਂ, ਉਹ ਕਿੰਨੇ ਬੋਲ ਮੂੰਹ 'ਚ ਆ ਮੈਨੂੰ ਪਤਾ, ਪੁੱਛ ਕੇ ਤਾਂ ਦੇਖੋ ਨਾ, ਮੈਂ ਬੜਾ ਕੁਛ ਸੁਣ ਕੇ ਨਾਲ, ਮੈਂ ਅੱਛਾ ਇੱਦਾਂ ਵੀ ਹੋ ਜਾਂਦਾ ਆ। ਸੋ ਪੀਪਲ ਬੀ ਕੇਅਰਫੁਲ, ਆਈ ਡੋਨਟ ਅਬਾਊਟ ਆਲ ਦ ਕਿਡਜ਼ ਬਟ ਦ ਵਨਸ ਆਈ ਐਮ ਹੀਅਰਿੰਗ ਅਪ, ਦੋ ਤਿੰਨ ਹੋ ਚੱਲੀਆਂ ਆ, ਨਾਟ ਗੁੱਡ ਨਿਊਜ਼। ਬੰਦੇ ਹੋ, ਆਪਣੇ ਆਪ ਲਈ ਖੜਨਾ ਸ਼ੁਰੂ ਕਰੋ। ਯੂ ਨੋ ਦਿਸ ਇਜ਼ ਗੋਇੰਗ ਔਨ, ਯੂ ਹੈਵ ਟੂ ਬੀ ਦ ਵਨ ਮੇਕਿੰਗ ਅ ਚੋਇਸ ਰਾਈਟ। ਤੁਹਾਡੇ ਘਰ ਆ ਕੇ ਮੈਂ ਤਾਂ ਤੁਹਾਡਾ ਸਲੋ ਸਹੀ ਕਰਾ ਨਹੀਂ ਸਕਦਾ, ਤੁਹਾਨੂੰ ਮੈਂ ਦੱਸ ਸਕਦੀ, ਵਾਟ ਯੂ ਕੈਨ ਡੂ, ਸਟੈਂਡ ਯੂਰ ਗਰਾਊਂਡ ਮੈਨ, ਬੀ ਅ ਮੈਨ। ਤੁਸੀਂ ਕਹਿੰਦੇ ਤੁਹਾਨੂੰ ਕੁੱਟਣ 'ਤੇ ਆਉਂਦੀਆਂ, ਕਿੱਦਾਂ ਕੁੱਟਣ 'ਤੇ ਆਉਂਦੀਆਂ ਆ, ਡਰਦੇ ਕਿਉਂ? ਇਫ ਯੂ ਆਰ ਇਨ ਦ ਰਾਈਟ ਯੂ ਸ਼ੁੱਡ ਬੀ ਸਕੇਅਰਡ, ਇਫ ਇਟਸ ਦੈਟ ਬੈਡ ਮੇਬੀ ਯੂ ਸ਼ੁੱਡ ਲੀਵ ਸਿਚੁਏਸ਼ਨ, ਹੈ ਨਾ। ਹਮੇਸ਼ਾ ਕਹਿੰਦੀ ਹੁੰਦੀ ਮੈਂ ਹਰ ਇੱਕ ਨੂੰ ਕਿ ਭਾਈ ਤੁਹਾਡੀ ਜੇ ਗੱਲ ਬਣਦੀ ਹੈ ਬਣਾ ਕੇ ਰੱਖੋ, ਟਰਾਈ ਕਰੋ ਐਟਲੀਸਟ, ਬੜੀ ਜ਼ਰੂਰੀ ਗੱਲ ਆ, ਫੋਰ ਯੂਰ ਕਿਡਸ, ਫੋਰ ਯੂਰਸੈਲਫ, ਵਟਐਵਰ, ਬਟ ਇਫ ਇਟਸ ਦੈਟ ਬੈਡ ਯੂ ਨੀਡ ਟੂ ਮੇਕ ਅ ਚੋਇਸ। ਤੁਸੀਂ ਇਹਨਾਂ ਜੇ ਤੁਸੀਂ ਫੋਨ ਕਰ, ਫਿਰ ਡਰਨਾ ਪੈਣਾ ਨਾ, ਸਰ ਨਾ ਲਿਓ ਨਾ ਲੈ ਲਿਆ, ਫਿਰ ਤਾਂ ਆਇਰੋ ਨਾ ਵਟ ਟੂ ਸੇ ਰਾਈਟ। ਇਫ ਜਿਹੜਾ ਬੰਦਾ ਆਪਣਾ ਇਨਸਾਨ ਆਪਣੀ ਆਪ ਦੀ ਖੁਦ ਹੈਲਪ ਨਹੀਂ ਕਰ ਸਕਦਾ, ਉਹ ਕੱਲ੍ਹ ਨੂੰ ਕੀ ਕਰੂਗਾ? ਇਹ ਗੱਲ ਬੜੀ ਜ਼ਰੂਰੀ ਆ। ਕੌਨਫੀਡੈਂਸ ਤੁਹਾਡੇ ਅੰਦਰੋਂ ਆਉਂਦਾ ਆ, ਹੋਰ ਨਹੀਂ ਕੁਛ। ਇਹ ਕੋਸਟ ਟੂ ਗਾਡ ਮੈਨ ਡੂ ਸਮ ਪ੍ਰੇਅਰਸ, ਹੂਐਵਰ ਯੂ ਬਲੀਵ ਇਨ, ਜੋ ਮਰਜ਼ੀ ਹੋਏ, ਇਟਸ ਵੈਰੀ ਵੈਰੀ ਇੰਪੋਰਟੈਂਟ। ਸੋ ਇਨਫੋਰਮੇਸ਼ਨ ਦੇ ਸਕਦੀ, ਤੁਹਾਨੂੰ ਮੈਂ ਗਾਈਡੈਂਸ ਦੇ ਸਕਦੀ ਹਾਂ, ਪਰ ਤੁਹਾਡੇ ਘਰ ਆ ਕੇ ਮੈਂ ਤੁਹਾਡੇ ਕੰਮ ਨਹੀਂ ਤੁਹਾਡੇ ਕਰ ਸਕਦੀ, ਹੈਂਡਲ ਤੁਹਾਨੂੰ ਨਹੀਂ ਕਰ ਸਕਦੀ, ਕਿ ਇੱਦਾਂ ਜੀ ਹੋਣੇ ਤਾਂ ਸਟੈਪ ਟੂ ਸਟੈਪ ਥ੍ਰੀ, ਨੋ। ਯੂਰ ਚੋਇਸ, ਯੂਰ ਫੈਮਿਲੀ 'ਚ ਤੁਸੀਂ ਡੀਲ ਕਰਨਾ ਕਿੱਦਾਂ ਕਰਨਾ, ਤੁਹਾਡੀ ਮਰਜ਼ੀ ਆ। ਆਈ ਐਮ ਜਸਟ ਹੇਅਰ
doing my own thing. ਆਪਦੀ ਜ਼ਿੰਦਗੀ ਆਪਾਂ ਜੀਨੇ ਹਾਂ, ਕਿਸੇ ਕੁਛ ਲੈਣਾ ਨਹੀਂ, ਕਿਸੇ ਕੁਛ ਦੇਣਾ ਨਹੀਂ, ਬਟ ਲੋਕ ਤੁਹਾਨੂੰ ਜੀਣ ਨਹੀਂ ਦਿੰਦੇ, ਘੁੰਮ ਘੁਮਾ ਕੇ ਸੂਈ ਤੁਹਾਡੇ 'ਤੇ ਫਿਰ ਅੜ ਜਾਂਦੀ ਆ। ਸੋ ਇਸ ਲਈ ਇਹ ਪੋਡਕਾਸਟ ਮੇਰਾ ਕਿਟੀ ਕਿਟੀ ਲੰਮੀ, ਲੋਕ ਆਨਲਾਈਨ ਕਹਿੰਦੇ ਕੁੱਤੀਆਂ ਪਾਰਟੀ ਹੈਗਾ, ਕਿਟੀ ਪਾਰਟੀ ਨਾ ਕਹਿ, ਕਿਟੀ ਕੁੱਤੀ ਲੁੱਚੀ ਵਟ ਐਵਰ ਯੂ ਵਾਂਟ ਟੂ ਕਾਲ ਦਿਸ, ਰਾਈਟ, ਦੈਟ ਕਾਈਂਡ ਆਫ ਪਾਰਟੀ ਦਿਸ ਇਜ਼, ਸੈਡਲੀ। ਬਟ ਆਈ ਵਾਂਟ ਟੂ ਥੈਂਕ ਐਵਰੀਵਨ ਫਾਰ ਜੁਆਇਨਿੰਗ ਅਸ ਅਗੇਨ ਟੁਡੇ। ਸੁਣਦੇ ਹੋ ਤੁਸੀਂ, ਆਈ ਹੋਪ ਕਿ ਕਿਸੇ ਨੂੰ ਸੁਣ ਕੇ ਇਹ ਕਿਟੀ ਪਾਰਟੀ ਬਾਰੇ ਕੁਛ ਤਾਂ ਯਾਦ ਆਇਆ ਹੋਣਾ। ਤੁਸੀਂ ਖੇਲਦੇ ਜੋ ਕਰਦੇ ਹੋ, ਮੇਕ ਦ ਚੇਂਜ ਐਂਡ ਮੇਕ ਇਟ ਨਾਓ। ਥੈਂਕ ਯੂ ਫਾਰ ਲਿਸਨਿੰਗ, ਫਿਰ ਮਿਲਦੇ ਹਾਂ।